ਜੀ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਅਸੀਂ ਚੱਲੇ ਹਾਂ ਰਾੜਾ ਸਾਹਿਬ ਅਤੇ ਮੇਰੇ ਨਾਲ ਹੈ ਬੱਲੂ ਬੱਲੂ ਇੱਧਰ ਚੱਕ ਐਂ ਕਰਦੇ ਬੱਸ ਸਟੈਂਡ ਦੇ ਪਿੰਡ ਝੰਮਟ ਦੇ ਬੱਸ ਸਟੈਂਡ ਦੇ ਉੱਪਰ ਖੜ੍ਹੇ ਹੈਗੇ ਅਤੇ ਤੁਹਾਨੂੰ ਦਿਖ ਰਿਹਾ ਹੋਊਗਾ ਠੀਕ ਆ ਅਤੇ ਇਹ ਜਿਹੜਾ ਬੱਸ ਸਟੈਂਡ ਆ ਪਿੰਡ ਝੰਮਟ ਦਾ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਅਤੇ ਤੁਹਾਨੂੰ ਦਿਖਾਉਣੇ ਆ ਕੁਛ ਕੇ ਵੀ ਨਹੀਂ ਝਲਕੀਆਂ ਦਿਖਾਉਣੇ ਤੁਹਾਨੂੰ ਕਿੱਦਾਂ ਦੀ ਇਹ ਮੁੰਡਾ ਸੋਹਣਾ ਬੱਸ ਸਟੈਂਡ ਬਣਿਆ ਹੋਇਆ ਦੇਖ ਸਾਰੇ ਇਹਦੇ ਉੱਤੇ ਟਾਈਮ ਲਿਖੇ ਹੋਏ ਨੇ ਝੰਮਟ ਲਿਖਿਆ ਹੋਇਆ ਦੇਖੋ ਘੜੇ ਦਾ ਠੰਡਾ ਪਾਣੀ ਪੋਸਟਰ ਨਹੀਂ ਲਾ ਸਕਦੇ ਤੁਸੀਂ ਬਹੁਤ ਹੀ ਸੋਹਣਾ ਬੱਸ ਸਟੈਂਡ ਬਣਿਆ ਹੋਇਆ ਦੇਖੋ ਇੱਧਰੋਂ ਡੇਲੋ ਨੂੰ ਸਿੱਧਾ ਰਾੜਾ ਸਾਹਿਬ ਅਤੇ ਝੰਮਟ ਬਹੁਤ ਘੈਂਟ ਚੀਜ਼ ਬਣੀ ਹੋਈ ਹੈ ਅਤੇ ਅੱਗੇ ਆਪਾਂ ਚੱਲਦੇ ਹਾਂ ਇੱਧਰ ਨੂੰ ਜਾਣਾ ਆਪਾਂ ਰਾੜਾ ਸਾਹਿਬ ਨੂੰ ਅਤੇ ਤੁਹਾਨੂੰ ਹੁਣ ਆਪਾਂ ਥੋੜ੍ਹੀ ਜਿਹੀ ਨਹਿਰ ਵੀ ਦਿਖਾ ਦਈਏ ਬਹੁਤ ਹੀ ਘੈਂਟ ਵਿਊ ਆ ਰਿਹਾ ਇੱਥੋਂ ਨਹਿਰ ਦਾ ਅਤੇ ਆਹ ਦੇਖੋ ਇਹ ਪੁਲ ਜਿਹੜਾ ਬਹੁਤ ਪੁਰਾਣਾ ਬਣਿਆ ਹੋਇਆ ਉਹ ਨਵਾਂ ਪੁਲ ਹੈਗਾ ਇੱਧਰ ਬੱਲੂ ਖੜਾ ਉਹ ਨਹਿਰ ਜਾ ਰਹੀ ਹੈ ਦੇਖੋ ਕਿੰਨਾ ਘੈਂਟ ਲੱਗ ਰਿਹਾ ਫੋਟੋ ਸੋਹਣੀ ਲੱਗ ਗਈ ਮੇਰੀ ਫੋਟੋ ਮਰਜ਼ੀ ਗਰਮੀ ਹੋਵੇ ਕਿਉਂਕਿ ਇੱਧਰ ਨਾਲੇ ਨਾਲੇ ਨਹਿਰ ਆ ਨਾ ਸਾਈਡ 'ਤੇ ਨਹਿਰ ਆ ਇੱਧਰ ਇੱਦਾਂ ਲੱਗੇ ਹੋਏ ਨੇ ਇੱਧਰ ਵੀ ਲੱਗੇ ਹੋਏ ਨੇ ਅਤੇ ਜਾਣੀ ਪੂਰੀ ਠੰਡੀ ਹਵਾ ਚੱਲਦੀ ਰਹਿੰਦੀ ਹੈ ਪੁਰਾਣਾ ਪੁਲ ਬਣਿਆ ਹੋਇਆ ਜਿਹੜਾ ਉਹ ਬਹੁਤ ਪੁਰਾਣਾ ਪੁਲ ਬਣਿਆ ਹੋਇਆ ਦੇਖੋ ਲਓ ਜੀ ਪਹੁੰਚਣ ਲੱਗਿਆਂਗੇ ਬਹੁਤ ਹੀ ਨਜ਼ਦੀਕ ਰਹਿ ਗਿਆ ਗੁਰਦੁਆਰਾ ਸਾਹਿਬ ਅਤੇ ਬਹੁਤ ਦੁਕਾਨਾਂ ਬੰਦ ਪਈਆਂ ਨੇ ਪਤਾ ਨਹੀਂ ਅੱਜ ਸੰਡੇ ਕਰਕੇ ਆ ਤੁਸੀਂ ਹੋਰ ਚੀਜ਼ ਦੇਖ ਸਕਦੇ ਹੋ ਜੀ ਦੇਖੋ ਸੈਨੀਟਾਈਜ਼ਰ ਕਰਨ ਵਾਸਤੇ ਸੰਗਤ ਨੂੰ ਬਹੁਤ ਹੀ ਵਧੀਆ ਸਿਸਟਮ ਕੀਤਾ ਹੋਇਆ ਦੇਖੋ ਸਾਰੀ ਸੰਗਤ ਸੈਨੀਟਾਈਜ਼ ਹੋ ਕੇ ਜਾਂਦੀ ਹੈ ਇੱਥੋਂ ਦੀ ਅਤੇ ਤੁਸੀਂ ਦੇਖ ਰਹੇ ਹੋ ਦੇਖੋ ਅਤੇ ਹੁਣ ਅਸੀਂ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਵਾਵਾਂਗੇ ਠੀਕ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਸਰੋਵਰ ਆ ਗਿਆ ਅਤੇ ਆਹ ਜ਼ਰੂਰੀ ਬੇਨਤੀਆਂ ਲਿਖੀਆਂ ਹੋਈਆਂ ਨੇ ਜੀ ਇਹ ਪੜ੍ਹਨੀਆਂ ਜ਼ਰੂਰੀ ਨੇ ਦੇਖੋ ਰੰਗਾਂ ਦੇ ਵਿੱਚ ਰੰਗਦੇ
ਮੁਖੜਾ ਨਾ ਤੈਥੋਂ ਮੋੜ ਦੇ ਤੁਸੀਂ ਦੇਖ ਸਕਦੇ ਹੋ ਜੀ ਲੰਗਰ ਹਾਲ ਇੱਧਰ ਬਣਿਆ ਹੋਇਆ ਕਿਉਂਕਿ ਨਵੇਂ ਹਾਲ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਹਜੇ ਲੰਗਰ ਹਾਲ ਬੜਾ ਸਾਹਿਬ ਦਾ ਨਵਾਂ ਲੰਗਰ ਹਾਲ ਹੈ ਜਿਹੜਾ ਲੈਨ ਵਿੱਚ ਆ ਕੇ ਲੈਨ ਵਿੱਚ ਆ ਕੇ ਲੱਗੀ 3-4 ਫੁੱਟ ਦੀ ਦੂਰੀ ਬਣਾ ਲਿਆ ਲੰਗਰ ਹਾਲ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਇਹ ਲੰਗਰ ਹਾਲ ਨਵਾਂ ਬਣਿਆ ਗਾ ਅਤੇ ਇੱਥੋਂ ਤੁਸੀਂ ਬਰਤਨ ਲੈ ਕੇ 3-4 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਲਿਖਿਆ ਹੋਇਆ ਪਾਰਕਿੰਗ ਏਰੀਆ ਸਾਰੀ ਪਾਰਕਿੰਗ ਬਣੀ ਹੋਈ ਹੈ ਇਹ ਪਾਰਕਿੰਗ ਦਾ ਗੇਟ ਹੈ ਜਿਹੜਾ ਗੁਰਦੁਆਰਾ ਸਾਹਿਬ ਤੋਂ ਥੋੜ੍ਹੀ ਗਾਹਾਂ ਜਾ ਕੇ ਸੱਜੇ ਹੱਥ ਮੁੜ ਕੇ ਗੇਟ ਬਣਿਆ ਹੋਇਆ ਉੱਧਰ ਦੀ ਆ ਕੇ ਤੁਸੀਂ ਕਿੰਨੀਆਂ ਵੀ ਗੱਡੀਆਂ ਇੱਥੇ ਪਾਰਕ ਕਰ ਸਕਦੇ ਹੋ ਦੇਖੋ ਕਿੰਨੀਆਂ ਗੱਡੀਆਂ ਖੜ੍ਹੀਆਂ ਨੇ ਬਹੁਤ ਜਗ੍ਹਾ ਬਣੀ ਉਹ ਪਰਾਂ ਤੱਕ ਗੱਡੀਆਂ ਖੜ੍ਹੀਆਂ ਨੇ ਆਲਣੇ ਬਣਾਏ ਹੋਏ ਨੇ ਆਲਣੇ ਉੱਤਰਾਂ ਵਾਸਤੇ ਆਲਣੇ ਬਣਾਏ ਹੋਏ ਨੇ ਅਤੇ ਅਸੀਂ ਮੱਥਾ ਟੇਕ ਲਿਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਹੁਣ ਵਾਪਸ ਚੱਲੇ ਹਾਂ ਸੋ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰ ਦਿਆਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ